ਫਾਂਸੀ ਹੋਣ ਤੋਂ ਬਚਾਇਆ। ਸਨ 1941 ਈਸਵੀ ਗਰਮੀ ਦੀ ਰੁੱਤ ਵਿੱਚ ਸ੍ਰੀ ਸਤਿਗੁਰ ਭਗਵਾਨ ਦਾਸ ਜੀ ਅਟਕ ਪਾਰ ਮਨੇਰੀ ਪਿੰਡ ਮੱਝੀਆਂ ਲਈ ਭੋਗ ਖਰੀਦਣ ਗਏ ਹੋਏ ਸਨ ਤੇ ਸੰਤ ਤੇਜਾ ਰਾਮ ਦੇ ਘਰ ਡੇਰਾ ਲਾਇਆ ਹੋਇਆ ਸੀ। ਸਵੇਰੇ ਗੁਰਦੁਆਰੇ ਕੀਰਤਨ ਤੋਂ ਉਪਰੰਤ ਸਤਿਗੁਰਾਂ ਇਸ ਸ਼ਬਦ ਦੀ ਕਥਾ ਕੀਤੀ। ਪੈਰੋ ਮਹਲਾ ਪੰਜਵਾਂ, ਜਿਸ ਤੂੰ ਰਾਖੈ ਤਿਸ ਕੌਣ ਮਾਰੈ, ਸਭ ਤੁਝੀ ਅੰਤਰ ਸਗਲ ਸੰਸਾਰ ਹੈ। ਕੋਟ ਪਾਉ ਚਿਤਵਤ ਹੈ ਪ੍ਰਾਣੀ, ਸੋ ਹੋਵੇ ਜੇ ਕਰੇ ਚੋਜ ਵਿਡਾਣੀ। ਰਾਖੋ ਰਾਖੋ ਕਿਰਪਾ ਤਾਰ, ਤੇਰੀ ਸਰਣ ਤੇਰੇ ਦਰਬਾਰ ਆਓ, ਜਿਨ ਸਿਰਿਆ ਨਿਰਭਉ ਸੁਖ ਦਾਤਾ, ਤਿਨ ਪੋ ਦੂਰ ਕੀਆ ਏਕ ਪਰਾਤਾ, ਜੋ ਤੂੰ ਕਰੇ ਸੋਈ ਪੁਨ ਹੋਏ, ਮਾਰੇ ਨ ਰਾਖੈ ਦੂਜਾ ਕੋਏ। ਕਿਆ ਤੂੰ ਸੋਚੈ ਮਨਸਵਾਨ, ਅੰਤਰ ਜਾਮੀ ਪੁਰਖ ਸੁਜਾਨ, ਏਕ ਟੇਕ ਏਕੋ ਆਧਾਰ, ਸਭ ਕਿਛ ਜਾਣੈ ਸਿਰ ਜਣਿਆਰ। ਜਿਸ ਉਪਰ ਨਜ਼ਰ ਕਰੇ ਕਰਤਾਰ, ਤਿਸ ਜਨ ਕੇ ਸਭ ਕਾਜ ਸਵਾਰ, ਤਿਸ ਕਾ ਰਾਖਾ ਏਕੋ ਸੋਏ, ਜਨ ਨਾਨਕ ਆਪਣਾ ਸਾਖੈ ਕੋਏ। ਸ੍ਰੀ ਸਤਿਗੁਰ ਭਗਵਾਨ ਦਾਸ ਜੀ ਨੇ ਦੱਸਿਆ, ਪੰਚਮ ਪਾਤਸ਼ਾਹ ਇਸ ਜੀਵ ਪ੍ਰਤੀ ਫਰਮਾਉਂਦੇ ਹਨ, ਹੇ ਪ੍ਰਭੂ, ਜਿਸ ਨੂੰ ਤੂੰ ਬਚਾਏ ਉਸਨੂੰ ਕੋਈ ਮਾਰ ਨਹੀਂ ਸਕਦਾ, ਕਿਉਂਕਿ ਸਾਰੇ ਸੰਸਾਰ ਵਿੱਚ
सारी उत्पत्ति तेरे ही अधीन है। हे भाई, जीव अपने वास्ते करोड़ा हीले सोचता रहता है, पर ओही कुछ होंदा है जो अचरजोच करन वाला परमात्मा करदा है। हे प्रभु, मैं तेरी शरण आया हां, मैं तेरे दर ते आया हां, मेर करके मेरी रख्या कर, रख्या कर। हे भाई, जिस मनुख ने निर्भाओ होते सारे सुख देने वाले परमात्मा नु सिमरिया है, उसने अपना हर एक डर दूर कर लिया। उसने एक परमात्मा नाल ही डूंगी सांझ पा ली, पछाण पा ली। हे प्रभु, जो कोई तू करदा है ओही हुंदा है, तेरे बिना कोई दूजा ना किसे नू मार सकदा है, ना बचा सकदा है। हे भाई, तू अपने मनुखी सुभाव अनुसार की सोचा सोचदा रहता है। सर्वव्यापक परमात्मा हर एक दे दिल दी जानन वाला है, सियाना है। असा जीवां दी ओही टेक है, ओही आसरा है। जीवां नु पैदा करन वाला ओ प्रभु सब कुछ जानदा है। हे भाई, मन करके तन करके एक उस प्रभु दा ही आसरा पड़। ओ अकाल पुरख प्रभु सबके जानदा है। हे भाई करतार, जिस मनुख ते मेर दी निगाह करदा है, उस सेवक दे ओ सारे कम सवारदा है। उस मनुख दा राखा ओ परमात्मा आप ही बनिया रहंदा है। पंचम सतगुर जी फरमाउंदे हन, जगत दा कोई जीव उसकी बराबरी नहीं कर सकदा। ओ पैन तो उपरांत संत तेजा राम ने संतां नूं दस्या, रात नूं कीर्तन दुकाना दी छत उपर होवेगा। रात 8 बजे पहुंच कर कीर्तन दा आनंद माणो, ते सतगुरां दे मुखार बिंद तों अमृत बचन सुनकर अपना जीवन सफला करो। उस समय तुलसीदास कवि भी संतां विच बैठा होया सी। ए सरकारी नौकर सी, कुछ दिन पहले ही ए मनेरी पिंड रहण लई आया सी। इसने पहली बारी सतगुरां दे उपदेश कथा अते प्रवचन सर्वन कीते सन। इसते इस संगत दा चंगा प्रभाव पिया, ते घर जाकर इसने सतगुरु जी दी उपमा करदिया कविता लिखनी शुरू कर दिती। नाल नाल मन भी सोचन लगा, ए मैनू पूरन साह जापदे हन, मेरे भरा नूं फांसी दा हुक्म हो चुका है, परसों अपील दी सुनवाई है। जेकर ए साथ सतगुरु जी कृपा दृष्टि कर देन तां मेरा भरा फांसी लगन तों बच जाएगा। इस तरह उस सोचां दे समुंदर भी डुबिया रहा, अते नाल नाल कविता भी लिखता गया।
ਉਹ ਆਪਣੇ ਮਨ ਦੇ ਭਾਵ ਕਵਿਤਾ ਦੁਆਰਾ ਦਰਸਾਉਣਾ ਚਾਹੁੰਦਾ ਸੀ। ਰਾਤ ਨੂੰ ਉਹ ਠੀਕ ਸਮੇਂ ਤੇ ਕੀਰਤਨ ਸਰਵਣ ਕਰਨੇ ਪਹੁੰਚ ਗਿਆ ਤੇ ਜਾਇਕਰ ਸੰਤ ਤੇਜਾ ਰਾਮ ਜੀ ਨੂੰ ਆਖਿਆ, ਜੋ ਮੈਨੂੰ ਵੀ ਕਵਿਤਾ ਬੋਲਣ ਦਾ ਵਕਤ ਜ਼ਰੂਰ ਦੇਵਿਓ। ਜਦ ਰਾਗੀ ਸਿੰਘ ਜੋੜੀ ਵਾਜਾ ਖੋਲ ਕਰ ਤਿਆਰੀ ਕਰ ਰਹੇ ਸਨ ਤਾਂ ਸੰਤ ਤੇਜਾ ਰਾਮ ਨੇ ਸਤਿਗੁਰਾਂ ਤੋਂ ਆਗਿਆ ਲੈ ਕਰ ਇਸ ਨੂੰ ਕਵਿਤਾ ਸੁਣਾਉਣ ਲਈ ਕਿਹਾ। ਇਸ ਤੋਂ ਪਹਿਲਾਂ ਸਤਿਗੁਰਾਂ ਨੂੰ ਨਮਸਕਾਰ ਕੀਤੀ ਤੇ ਫਿਰ ਕਵਿਤਾ ਪੜ੍ਹਨੀ ਇਸ ਤਰ੍ਹਾਂ ਸ਼ੁਰੂ ਕੀਤੀ। ਕਵਿਤਾ ਮੇਰੇ ਸਤਿਗੁਰ ਕਮਲਪੁਰ ਦੇ ਨੇ, ਮੇਰੇ ਸਤਿਗੁਰ ਕਮਲਪੁਰ ਦੇ ਨੇ, ਮੇਰੇ ਸਤਿਗੁਰ ਕਮਲਪੁਰ ਦੇ ਨੇ, ਸਾਨੂੰ ਆ ਕੇ ਦਰਸ਼ਨ ਦੇਂਦੇ ਨੇ, ਸਾਨੂੰ ਆ ਕੇ ਦਰਸ਼ਨ ਦੇਂਦੇ ਨੇ, ਤਨ ਮਨ ਉਸ ਦਾ ਖਿੜ ਜਾਂਦਾ ਹੈ, ਤਨ ਮਨ ਉਸ ਦਾ ਖਿੜ ਜਾਂਦਾ ਹੈ, ਜੋ ਦਰਸ ਸਾਹਿਬਾਂ ਦਾ ਪਾਉਂਦੇ ਨੇ, ਜੋ ਦਰਸ ਸਾਹਿਬਾਂ ਦਾ ਪਾਉਂਦੇ ਨੇ, ਮੇਰੇ ਸਤਿਗੁਰ ਕਮਲਪੁਰ ਦੇ ਨੇ, ਇਹਨਾਂ ਸਾਹਿਬਾਂ ਦੇ ਸੋਹਣੇ ਚਿਹਰੇ ਤੋਂ, ਇਹਨਾਂ ਸਾਹਿਬਾਂ ਦੇ ਸੋਹਣੇ ਚਿਹਰੇ ਤੋਂ ਉਹ ਨੂਰ ਵੀ ਸਦਕੇ ਕਰ ਦੇਵਾਂ, ਉਹ ਨੂਰ ਵੀ ਸਦਕੇ ਕਰ ਦੇਵਾਂ, ਸਾਹਿਬਾਂ ਦੇ ਸੋਹਣੇ ਮੁਖੜੇ ਤੋਂ, ਸਾਹਿਬਾਂ ਦੇ ਸੋਹਣੇ ਮੁਖੜੇ ਤੋਂ, ਪਰ ਚੋਲ ਲੁਟਾ ਮੈਂ ਦਰ ਦੇਵਾਂ, ਪਰ ਚੋਲ ਲੁਟਾ ਮੈਂ ਦਰ ਦੇਵਾਂ, ਮੇਰੇ ਸਤਿਗੁਰ ਕਮਲਪੁਰ ਦੇ ਨੇ, ਮੇਰੇ ਸਤਿਗੁਰ ਕਮਲਪੁਰ ਦੇ ਨੇ, ਸਾਨੂੰ ਆ ਕੇ ਦਰਸ਼ਨ ਦੇਂਦੇ ਨੇ, ਸਾਨੂੰ ਆ ਕੇ ਦਰਸ਼ਨ ਦੇਂਦੇ ਨੇ, ਤਨ ਮਨ ਉਸ ਦਾ ਖਿੜ ਜਾਂਦਾ ਹੈ, ਤਨ ਮਨ ਉਸ ਦਾ ਖਿੜ ਜਾਂਦਾ ਹੈ, ਜੋ ਦਰਸ ਸਾਹਿਬਾਂ ਦਾ ਪਾਉਂਦੇ ਨੇ, ਜੋ ਦਰਸ ਸਾਹਿਬਾਂ ਦਾ ਪਾਉਂਦੇ ਨੇ, ਮੇਰੇ ਸਤਿਗੁਰ ਕਮਲਪੁਰ ਦੇ ਨੇ, ਮੇਰੇ ਸਤਿਗੁਰ ਕਮਲਪੁਰ ਦੇ ਨੇ, ਸਾਹਿਬਾਂ ਦੇ ਸੋਹਣੇ ਚਿਹਰੇ ਤੇ, ਸਾਹਿਬਾਂ ਦੇ ਸੋਹਣੇ ਚਿਹਰੇ ਤੇ, ਸਾਹਿਬਾਂ ਦੇ ਸੋਹਣੇ ਚਿਹਰੇ ਤੇ, ਕੋਈ ਅਜਬ ਜਿਹਾਲਿਸ਼ਕਾਰਾ ਹੈ, ਕੋਈ ਅਜਬ ਜਿਹਾਲਿਸ਼ਕਾਰਾ ਹੈ, ਸਾਹਿਬਾਂ ਦੇ ਸੋਹਣੇ ਮੁਖੜੇ ਤੋਂ, ਸਾਹਿਬਾਂ ਦੇ ਸੋਹਣੇ ਮੁਖੜੇ ਤੋਂ, ਦਿਸਦਾ ਕੋਈ ਰੱਬ ਪਿਆਰਾ ਹੈ, ਦਿਸਦਾ ਕੋਈ ਰੱਬ ਪਿਆਰਾ ਹੈ, ਸਾਹਿਬਾਂ ਦੀ ਸੋਹਣੀ ਰਸਨਾ ਤੋਂ, ਸਾਹਿਬਾਂ ਦੀ ਸੋਹਣੀ ਰਸਨਾ ਤੋਂ,
ਸਤਨਾਮ ਦੀ ਬਰਕਾ ਵਸਦੀ ਹੈ, ਸਤਨਾਮ ਦੀ ਬਰਕਾ ਵਸਦੀ ਹੈ, ਤਨ ਪਾਗ ਇਨਾਂ ਦੀ ਮਾਲਾ ਦੇ, ਤਨ ਪਾਗ ਇਨਾਂ ਦੀ ਮਾਲਾ ਦੇ, ਜੋ ਰੱਬ ਮਿਲਣ ਦਾ ਰਸਤਾ ਦੱਸਦੀ ਹੈ, ਜੋ ਰੱਬ ਮਿਲਣ ਦਾ ਰਸਤਾ ਦੱਸਦੀ ਹੈ, ਮੇਰੇ ਸਾਹਿਬ ਕੈਮਲ ਪੁਰ ਦੇ ਨੇ, ਮੇਰੇ ਸਾਹਿਬ ਕੈਮਲ ਪੁਰ ਦੇ ਨੇ, ਅੱਜ ਵਿੱਚ ਮਨੇਰੀ ਆਏ ਨੇ, ਅੱਜ ਵਿੱਚ ਮਨੇਰੀ ਆਏ ਨੇ, ਤਨ ਪਾਗ ਇਨਾਂ ਗੁਰ ਸਿੱਖਾਂ ਦੇ, ਤਨ ਪਾਗ ਇਨਾਂ ਗੁਰ ਸਿੱਖਾਂ ਦੇ, ਜਿਨ੍ਹਾਂ ਦਰਸ਼ਨ ਆ ਕੇ ਪਾਏ ਨੇ, ਜਿਨ੍ਹਾਂ ਦਰਸ਼ਨ ਆ ਕੇ ਪਾਏ ਨੇ, ਮਸਤਕ ਨੂਰਾਨੀ ਵੇਖ ਤੇਰਾ, ਮਸਤਕ ਨੂਰਾਨੀ ਵੇਖ ਤੇਰਾ, ਸਭ ਸਿੱਖ ਤੇਰੇ ਪਏ ਚੁੱਲਦੇ ਨੇ, ਸਭ ਸਿੱਖ ਤੇਰੇ ਪਏ ਚੁੱਲਦੇ ਨੇ, ਤਨ ਪਾਗ ਇਨਾਂ ਗੁਰ ਸਿੱਖਾਂ ਦੇ, ਤਨ ਪਾਗ ਇਨਾਂ ਗੁਰ ਸਿੱਖਾਂ ਦੇ, ਜੋ ਚਰਨਾਂ ਵਿੱਚ ਪਏ ਰੁੱਲਦੇ ਨੇ, ਜੋ ਚਰਨਾਂ ਵਿੱਚ ਪਏ ਰੁੱਲਦੇ ਨੇ, ਮੇਰੇ ਸਤਿਗੁਰ ਕੈਮਲ ਪੁਰ ਦੇ ਨੇ, ਮੇਰੇ ਸਤਿਗੁਰ ਕੈਮਲ ਸਾਨੂੰ ਆ ਕੇ ਦਰਸ਼ਨ ਦਿੰਦੇ ਨੇ, ਸਾਨੂੰ ਆ ਕੇ ਦਰਸ਼ਨ ਦਿੰਦੇ ਨੇ, ਤਨ ਮਨ ਉਸ ਦਾ ਖਿੜ ਜਾਂਦਾ ਹੈ, ਤਨ ਮਨ ਉਸ ਦਾ ਖਿੜ ਜਾਂਦਾ ਹੈ, ਜੋ ਦਰਸ ਸਾਹਿਬਾਂ ਦਾ ਪਾਉਂਦੇ ਨੇ, ਜੋ ਦਰਸ ਸਾਹਿਬਾਂ ਦਾ ਪਾਉਂਦੇ ਨੇ, ਮੇਰੇ ਸਤਿਗੁਰ ਕੈਮਲ ਪੁਰ ਦੇ ਨੇ, ਮੇਰੇ ਸਤਿਗੁਰ ਕੈਮਲ ਪੁਰ ਦੇ ਨੇ, ਇਨ੍ਹਾਂ ਸਾਹਿਬਾਂ ਦਾ ਦਰਸ਼ਨ ਔਖਾ ਹੈ, ਇਨ੍ਹਾਂ ਸਾਹਿਬਾਂ ਦਾ ਦਰਸ਼ਨ ਔਖਾ ਹੈ, ਲੱਖਾਂ ਤੋਂ ਹੱਥ ਵੀ ਆਵੇ ਨਾ, ਲੱਖਾਂ ਤੋਂ ਹੱਥ ਵੀ ਆਵੇ ਨਾ, ਮੇਰੇ ਸਾਹਿਬਾਂ ਦੇ ਸੋਹਣੇ ਸਿੱਖਾਂ ਨੂੰ, ਮੇਰੇ ਸਾਹਿਬਾਂ ਦੇ ਸੋਹਣੇ ਸਿੱਖਾਂ ਨੂੰ, ਰੱਬ ਤੱਤੀ ਵਾਵੀ ਲਾਵੇ ਨਾ, ਰੱਬ ਤੱਤੀ ਵਾਵੀ ਲਾਵੇ ਨਾ, ਮੇਰੇ ਸਾਹਿਬਾਂ ਦੇ ਸੋਹਣੇ ਸਿੱਖਾਂ ਨੂੰ, ਮੇਰੇ ਸਾਹਿਬਾਂ ਦੇ ਮੇਰੇ ਸਾਹਿਬਾਂ ਦੇ ਸੋਹਣੇ ਸਿੱਖਾਂ ਨੂੰ, ਮੇਰੇ ਸਾਹਿਬਾਂ ਦੇ ਸਿੱਖਾਂ ਨੂੰ, ਰੱਬ ਤੱਤੀ ਵਾਵੀ ਲਾਵੇ ਨਾ, ਰੱਬ ਤੱਤੀ ਵਾਵੀ ਲਾਵੇ ਨਾ, ਰੱਬ ਤੱਤੀ ਵਾਵੀ ਲਾਵੇ ਨਾ, ਮੇਰੇ ਸਤਿਗੁਰ ਕੈਮਲ ਪੁਰ ਦੇ ਨੇ, ਮੇਰੇ ਸਤਿਗੁਰ ਕੈਮਲ ਪੁਰ ਦੇ ਨੇ, ਸਾਨੂੰ ਆ ਕੇ ਦਰਸ਼ਨ ਦਿੰਦੇ ਨੇ, ਸਾਨੂੰ ਆ ਕੇ ਦਰਸ਼ਨ। ਕਵਿਤਾ ਤੋਂ ਉਪਰੰਤ ਰਾਗੀ ਸਿੰਘਾਂ ਨੇ
ਕੀਰਤਨ ਕੀਤਾ। ਜਦ ਕੀਰਤਨ ਦਾ ਭੋਗ ਪਿਆ ਤਾਂ ਤੁਲਸੀਦਾਸ ਨੇ ਸਤਿਗੁਰਾਂ ਦੇ ਚਰਨਾਂ ਤੇ ਮੱਥਾ ਟੇਕਿਆ। ਤਾਂ ਸਤਿਗੁਰਾਂ ਨੇ ਚੌਧਰੀ ਸੇਵਾ ਰਾਮ ਤੋਂ ਜਦ ਇਸਦੇ ਬਾਰੇ ਪੁੱਛਿਆ ਤਾਂ ਚੌਧਰੀ ਨੇ ਦੱਸਿਆ ਕਿ ਇਸਦਾ ਨਾਮ ਤੁਲਸੀਦਾਸ ਹੈ, ਕੁਝ ਦਿਨ ਹੋਏ ਇੱਥੇ ਰਹਿਣ ਆਇਆ ਹੈ। ਇਹ ਸਵਾਬੀ ਤਹਿਸੀਲ ਵਿੱਚ ਸਰਕਾਰੀ ਨੌਕਰ ਹੈ। ਇਸਦਾ ਇੱਕ ਭਰਾ ਹੈ ਜਿਸ ਦੇ ਕਤਲ ਦਾ ਮੁਕਦਮਾ ਚੱਲ ਰਿਹਾ ਹੈ ਅਤੇ ਉਸਨੂੰ ਪਰਸੋਂ ਦੇ ਦਿਨ ਫਾਂਸੀ ਹੋਣ ਦਾ ਹੁਕਮ ਹੋ ਚੁੱਕਾ ਹੈ। ਇਸਨੇ ਆਪਣੇ ਭਰਾ ਲਈ ਪਿਸ਼ੋਰ ਕਚਹਿਰੀ ਵਿੱਚ ਅਪੀਲ ਕੀਤੀ ਹੋਈ ਹੈ, ਆਪ ਕਿਰਪਾ ਕਰੋ ਤੇ ਇਸਦਾ ਭਰਾ ਨੂੰ ਇਸਦੇ ਭਰਾ ਨੂੰ ਫਾਂਸੀ ਹੋਣ ਤੋਂ ਬਚਾ ਲਵੋ ਜੀ। ਤੁਲਸੀਦਾਸ ਤਾਂ ਵਿਰਲਾਪ ਹੀ ਕਰਨ ਲੱਗ ਪਿਆ। ਚੌਧਰੀ ਤੋਂ ਇਸ ਤਰ੍ਹਾਂ ਸੁਣ ਕੇ ਸਤਿਗੁਰੂ ਜੀ ਕੁਝ ਚਿਰ ਲਈ ਵਿਸਮਾਤ ਦੇ ਘਰ ਵਿੱਚ ਹੋ ਗਏ। ਜਦ ਨੇਤਰ ਖੋਲੇ ਤਾਂ ਤੁਲਸੀਦਾਸ ਤੋਂ ਪੁੱਛਿਆ, ਤੇਰਾ ਭਰਾ ਸੱਚਮੁੱਚ ਦੋਸ਼ੀ ਹੈ? ਤਾਂ ਤੁਲਸੀਦਾਸ ਨੇ ਬੇਨਤੀ ਕੀਤੀ, ਜੀ ਮੇਰਾ ਭਰਾ ਦੋਸ਼ੀ ਨਹੀਂ ਹੈ, ਪਿੰਡ ਦੇ ਖਾਨ ਨੇ ਕਿਸੇ ਹੋਰ ਨੂੰ ਬਚਾਉਣ ਲਈ ਇਸ ਦੇ ਕਤਲ ਦਾ ਇਲਜ਼ਾਮ ਲਗਾ ਕੇ ਇਸੋਂ ਫਸਾਇਆ ਹੈ। ਤਾਂ ਸਾਹਿਬਾ ਫੁਰਮਾਇਆ, ਜੇਕਰ ਉਹ ਦੋਸ਼ੀ ਨਹੀਂ ਤਾਂ ਸਤਿਗੁਰ ਸੰਗਤਾ ਸਾਹਿਬ ਜੀ ਉਸਦੀ ਰੱਖਿਆ ਕਰਨਗੇ। ਤਾਂ ਸਾਹਿਬਾ ਫੁਰਮਾਇਆ, ਜੇਕਰ ਉਹ ਦੋਸ਼ੀ ਨਹੀਂ ਤਾਂ ਸਤਿਗੁਰ ਸੰਗਤਾ ਸਾਹਿਬ ਜੀ ਉਸਦੀ ਰੱਖਿਆ ਕਰਨਗੇ। ਸਤਿਗੁਰਾਂ ਤੇ ਭਰੋਸਾ ਰੱਖੋ ਤੇ ਸਿਮਰਨ ਕਰਿਆ ਕਰੋ। ਇਹ ਬਚਨ ਸੁਣ ਕੇ ਤੁਲਸੀਦਾਸ ਨੇ ਬੇਨਤੀ ਕੀਤੀ, ਮੈਂ ਅਜੇ ਤੱਕ ਗੁਰੂ ਧਾਰਨ ਨਹੀਂ ਕੀਤਾ, ਆਪ ਜੀ ਨਾਮ ਦਾਨ ਦੀ ਬਖਸ਼ਿਸ਼ ਕਰਕੇ ਮੈਨੂੰ ਆਪਣਾ ਬਣਾ ਲਓ ਜੀ ਅਤੇ ਮੇਰੇ ਤੇ ਕਿਰਪਾ ਕਰੋ ਜੋ ਮੈਂ ਸਿਮਰਨ ਕਰ ਸਕਾਂ ਜੀ। ਤਾਂ ਸਤਿਗੁਰਾਂ ਹੁਕਮ ਕੀਤਾ, ਕੱਲ ਸਵੇਰੇ ਗੁਰਦੁਆਰੇ ਆ ਜਾਵੀਂ। ਇਹ ਦੂਜੇ ਦਿਨ ਸਵੇਰੇ ਗੁਰਦੁਆਰੇ ਪਹੁੰਚ ਗਿਆ। ਭੋਗ ਪੈਣ ਤੋਂ ਉਪਰੰਤ ਸਤਿਗੁਰਾਂ ਇਸ ਨੂੰ ਰਹਿਣੀਆਂ ਦੱਸ ਕੇ ਨਾਮ ਦਾ ਦਾਨ ਦਿੱਤਾ ਤੇ ਸਤਿਗੁਰਾਂ ਭਗਤ ਸ੍ਰੀ ਚੰਦ ਜੀ ਨੂੰ ਹੁਕਮ ਕੀਤਾ ਇਸਦੇ ਭਰਾ ਦੇ ਬਰੀ ਹੋਣ ਲਈ ਅਰਦਾਸਾ ਕਰੋ। ਤਾਂ ਭਗਤ ਸ੍ਰੀ ਚੰਦ ਨੇ ਇਸਦੇ ਭਰਾ ਦੇ ਬਰੀ ਹੋਣ ਲਈ ਅਰਦਾਸ ਕੀਤੀ। ਫਿਰ ਇਹ ਸਤਿਗੁਰਾਂ ਤੋਂ ਆਗਿਆ ਲੈ ਕੇ ਪਿਸ਼ੋਰ ਚਲਾ ਗਿਆ। ਰਾਤ ਭਰ ਇਹ ਸਤਿਗੁਰਾਂ ਨੂੰ ਯਾਦ ਕਰਦਾ ਰਿਹਾ ਤੇ ਜੋਦੜੀ ਕਰਦਾ ਰਿਹਾ। ਸਵੇਰੇ ਕਚਹਿਰੀ ਗਿਆ, ਜਦ ਜੱਜ ਨੇ ਮਿਸਲ ਉਠਾ ਕਰ ਦੇਖੀ ਤੇ ਪਿਛਲੇ ਮੈਜਿਸਟ੍ਰੇਟ ਦਾ ਫੈਸਲਾ ਪੜਿਆ ਤਾਂ ਕਹਿਣ ਲੱਗਾ, ਇਸੇ ਮਾਲੂਮ ਹੋਤਾ ਹੈ ਜੋ ਕਤਲ ਇਸਨੇ ਨਹੀਂ ਕੀਆ ਤੇ ਇਸਨੂੰ ਨਿਰਦੋਸ਼ ਲਿਖ ਕਰ ਬਰੀ ਕਰ ਦਿੱਤਾ ਤੇ ਪੁਲਿਸ ਨੂੰ ਹਿਦਾਇਤ ਕੀਤੀ ਜੋ ਅਸਲੀ ਮੁਲਜ਼ਮ ਨੂੰ ਗ੍ਰਿਫਤਾਰ ਕੀਤਾ ਜਾਵੇ। ਰਾਤ ਭਰ ਇਹ ਸਤਿਗੁਰਾਂ ਨੂੰ ਯਾਦ ਕਰਦਾ ਰਿਹਾ ਤੇ ਜੋਦੜੀ ਕਰਦਾ ਰਿਹਾ। ਸਵੇਰੇ ਕਚਹਿਰੀ ਗਿਆ, ਜੱਜ ਆਈ ਨੇ ਮਿਸਲ ਉਠਾ ਕਰ ਦੇਖੀ ਤੇ ਪਿਛਲੇ ਮੈਜਿਸਟ੍ਰੇਟ ਦਾ ਫੈਸਲਾ ਪੜਿਆ ਤਾਂ ਕਹਿਣ ਲੱਗਾ, ਇਸੇ ਮਾਲੂਮ ਹੋਤਾ ਹੈ
जो कत्ल इसने नहीं किया ते इसनो निर्दोष लेकर बरी कर दिता ते पुलिस नो हिदायत कीती जो असली मुलजम नो गिरफ्तार कीता जावे इधर मनेरी पिंड भगत श्री चंद गुरुद्वारे समाधि लगा कर बैठे सन जद समाधि खुली ता कोल बैठे बंदे नु दसिया कि तुलसीदास दे भरा नु साहिबां बरी कर दिता कोल बैठे बंदे नु दसिया कि तुलसीदास दे भरा नु साहिबां बरी कर दिता है शाम नु चौधरी सेवा राम नु बरी होण दी तार भी मिल गई जद रात नु चौधरी ने संगतां नु दसिया जो सतगुरु जी दी कृपा नाल तुलसीदास दा भरा बरी हो गया है तां संगतां दसिया एह तां सानू दिने ही भगत श्री चंद ने दस दिता सी जो बरी हो गया है तां सारी संगत नु भगत जी दी कीर्ति दा पता लग गया ते कहन लगे सतगुरु भगतां दे वास्ते जद ओहदे भगतां विच इतनी शक्ति है तां सतगुरु कितना कु शक्तिवान होवेगा पिंड विच भगत जी दी चर्चा होण लग पई उस दिन तो लोकी भगत जी दा बहुत आदर ते सत्कार करन लग पे जद तुलसीदास मनेरी पिंड वापस आया ता दूजे दिन सवेरे साहिबां दे दर्शन अते धनवाद करन गया जद मथा टेक के बैठिया ता रागी किशन चंद एह शब्द पढ़ रहे सन ते नालो नाल शब्द दी व्याख्या भी करी जांदे सन गोड़ी महला पंजवा फिर कर बैसो अर्जन प्यारे सतगुर तुमरे काज सवारे राओ दुष्ट दूत परमेश्वर मारे जान की पैज रखी कर तारे बाज सा सवस कर दीने अमृत नाम मारस पीने निरपोए पजो भगवान साध संगत मिल कीनो दान शरण परे प्रभु अंतर जामी नानक ओट पकरी प्रभु स्वामी किशन चंद रागी तो इस शब्द की व्याख्या सुनकर तुलसीदास बहुत प्रभावित होया क्योंकि ये पहला ठाकरां दा पुजारी सी ते इस गुरबाणी दा बहुत घट ज्ञान सी इसने जब गुरबाणी दे शब्द सुने ता नाल बैठे गुरसिख नू कहन लगा गुरबाणी ता बहुत सरल भाषा विच गुरु साहिबान ने उच्चारण कीती है एह भी ता हर एक बंदे नू समझ आ जांदी है ता इसने गुरबाणी दा अभ्यास करन दा निश्चा कर लेता आसा दी वार दे कीर्तन तो उपरांत सतगुरां इक शब्द दी कथा कीती पैरो महला तीजा गुर सेवा ते अमृत फल पाया हो मैं त्रिसन बुझाई हर का नाम हृदय मन वसिया मनसा मन समाई हर जियो कृपा करो मेरे प्यारे अन दिन हर गुण दीन जन मांगे
पुर के सब देव धारे रहो। संत जना को जम जो हो ना सके, रती अंच दुख न लाई, आप तरे सगले कुल तारे जो तेरी शरणाई। भगता की पैज रखे तू आपे, ए तेरी वडियाई, जन्म जन्म के किलविक दुख काटे, दुबदा रती नाराई। हम मोड़ मुगद किछ बुझे नाई, तू आपे दे बुझाई, जो तुझ पावे सोई करसी, अवर न करना जाई। ता श्री सतगुरु भगवान दास जी ने समझाया। तीजे गुरु गुरु अमरदास पातशाह जी संसारी जीवां नूं उपदेश दे रहे हैं। हे भाई, जिस मनुख ने गुरु दी शरण पै के आत्मिक जीवन दे देण वाला हरिनाम फल प्राप्त कर लिया है, उसने अपने अंदरों हौमै अते त्रिश्ना दी आग बुझा ली, अते परमात्मा दा नाम उसदे हिरदे विच उसदे मन विच वस गया, उसदे मन दा माइकी पुरना मन विच लीन हो गया। हे मेरे प्यारे प्रभु जी, मैं गरीब उते मेहर कर, तेरे दर दा गरीब सेवक, तैथों हर वेले तेरे गुण गाण दी दात मंगदा है। हे प्रभु, गुरु दे शब्द राही विकारा तो बचा के मैनू वितार लो। हे भाई, परमात्मा दी भक्ति करन वाले बंदिया वल जमराज भी तक नहीं सकदा, परमात्मा दी भक्ति करन वाले बंदिया वल जमराज भी तक नहीं सकदा, अते दुनिया दे दुखां दा रत्ता भर भी से उन्हां नूं ला नहीं सकदा। हे प्रभु, जेड़े मनुख तेरी शरण आ पैंदे हन, ओ आप भी संसार समुंदर तो पार लंघ जांदे हन, अते अपनियां सारियां कुलां नूं भी पार लंघा लैंदे हन। हे प्रभु, अपने भक्तां दी लोक पर लोक विच इज्जत तू आप ही रखदा है, एह तेरी वडियाई है। तू उन्हां दे पिछले अनेकां ही जन्मां दे पाप ते दुख कट देंदा है, उन्हां दे अंदर रती पर अर्थात राई पर भी मेर तेर नहीं रह जांदी। हे प्रभु, असी जीव मूरख हां, अजान हां, असी आत्मिक जीवन अर्थात सही रस्ता जरा भी नहीं समझदे। असी जीव मूरख हां, अजान हां, असी आत्मिक जीवन अर्थात सही रस्ता जरा भी नहीं समझदे। तू आप ही सानू वह समझ देंदा है। हे प्रभु, जेड़ा काम तैनू चंगा लगता है ओही हर एक जीव करदा है, उस तो उलट होर कोई काम नहीं किया जा सकता है। फिर साहिबा शब्द दियां अगलियां तुकां पढ़वाईयां। जगत पाए तुद तन्ने लाया, पूंडी कार कमाई, जन्म पदार्थ जुए हारिया,
शब्द सुरत न पाई, मन मुख मरते किछु न सूझे, दुर्मत ज्ञान अंधारा, पाव जल पार न पावे कबई, डूब मुए बिन गुर सिर पारा, साचे शब्द रते जन साचे, हर प्रभ आप मिलाए, गुर की बाणी शब्द पछानी, साच रहे लिव लाए, तू आप निर्मल, तेरे जन है निर्मल, गुर के शब्द विचारे, नानक तिन के सद बलियारे, राम नाम और तारे। अगो सतगुरां दस्या तीजे पातशाह जी फुरमांदे हन, हे प्रभु तू आप ही जगत नू पैदा करके, तू आप ही इस माया दे तंदिया विच ला रखिया है, तेरी प्रेरणा नाली जगत माया दे मोह दी पैड़ी कार कर रहा है, माया दे मोह विच फस के जगत ने कीमती मनुखा जन्म नू जुआरिये वांग जुए विच हार देता है। गुरु दे शब्द दे राई आत्मिक जीवन दा ज्ञान हासल उना नहीं कीता, गुरु दे शब्द दे राई आत्मिक जीवन दा ज्ञान हासल उना नहीं कीता। हे भाई अपने मन दे पिछे तुरन वाले मनुख आत्मिक मौत सहेड लेंदे हन, उना नू आत्मिक जीवन दी रत्ता भी समझ नहीं पैंदी, पैड़ी मादा आत्मिक जीवन वलों बेसमझीदा, उना दे अंदर हनेरा पिया रहंदा है, ओ मनुख गुरु दी शरण पैण तो बिना विकारां विच सिर पर ने डूब के आत्मिक मौत सहेड़ लेंदे हन, ओ कदे भी संसार समुंदर तो पार नहीं लंघ सकदे। हे भाई जेड़े मनुख सदा थिर प्रभु दी सिफत सलाह दे शब्द विच रंगे रहंदे हन, ओ सदा थिर प्रभु दे रूप हो जांदे हन, प्रभु ने आप ही उना नू गुरु दे आत्म तरंग नाल सांझ पा लई हुंदी है। ओ मनुख सदा थिर प्रभु विच सुरत जोड़ी रखदे हन, हे भाई तू आप पवित्र स्वरूप है, तेरे सेवक गुरु दे शब्द दी राई तेरे गुणा दा विचार करके पवित्र जीवन वाले हो जांदे हन। गुरु अमरदास जी कथन करदे हन, मैं उना मनुखा तो सदके जांदा हां जेड़े परमात्मा दा नाम अपने हिरदे विच वसाई रखदे हन। गुरु अमरदास जी कथन करदे हन, मैं उना मनुखा तो सदके जांदा हां जेड़े परमात्मा दा नाम अपने हिरदे विच वसाई रखते हैं। कथा दे भोग तो उपरांत तुलसीदास ने हाथ जोड़कर बेनती की, साहिब जी आप जी की कृपा दृष्टि द्वारा मेरा प्रा बरी हो गया है, तुसा उस तो फांसी तो बचा लिया है, मैं आपदा कोटान को धन्यवाद करदा हां, चरना ते मथा टेकिया ते मंग कीती मेरे ते भी मेर करो, मैं आप जी दे द्वारे ते हाजरी भरदा रवां ते मैनू गुरबाणी दा अभ्यास अते सिमरन करन दी
बुद्धि बख्शो जी। सतगुरां तुलसीदास नूं आशीर्वाद दिता ते थापड़ा दे के कहा, जा सतगुर संगता जी तेरी मनोकामना पूरी कर। इस तो उपरांत अरदासा सोधिया गया, सतगुरां तुलसीदास नूं आशीर्वाद दिता ते थापड़ा दे के कहा, जा सतगुर संगता जी तेरी मनोकामना पूरी करन। इस तो उपरांत अरदासा सोधिया गया। तुलसीदास दे भरा दा नाम संत राम सी। सखी पूरे हुए एक्यो मान लया विमान, जिन्हें दर्शन पाया जिन्हें दुदनो तन गया, तिन जम नेड़ ना आया। सखी ब्रह्मदास चिंगली वाले दी, ब्रह्मदास चिंगली पिंड दा निवासी ते चौधरी सेवा राम मनेरी वाले दा मित्र सी। एक दिन इसू पेट विच बहुत सख्त दर्द होई, पिंड दे हकीम तो इलाज करवाया पर कोई फायदा ना होया, तां ए स्वामी अस्पताल विच इलाज करन गया। डॉक्टर ने चंगी तरह वेख के कहा, तेरे पेट विच तां गोला बन गया है, जो ऑपरेशन करन नाली ठीक होवेगा। परसों मर्दान तो सर्जन ने आना है, उस तो ऑपरेशन करा देंगे, इसलिए तू अस्पताल दाखिल हो जा। यह सुन के ब्रह्मदास घबरा गया बहुत। डॉक्टर नूं कहा कि मेरा पिंड दूर है, पर मेरा एक मित्र नाल ही मनेरी पिंड विच रहिंदा है, मैं उस तों दस के वापस आ जांदा हां। ब्रह्मदास अस्पताल तों सीधा चौधरी सेवा राम कोल आया ते घबरांदिया होया दस्या कि डॉक्टर कहिंदा है कि तेरे पेट विच गोला है, इन्हों ऑपरेशन करके निकालना पवेगा। चौधरी जी, मैं ऑपरेशन करान तो बहुत डरदा हाँ, तुसी दसो मैं हुण की करा। तां चौधरी सेवा राम ने कहा, तू साढ़े सतगुरां कोल कैमलपुर चला जा, उन्हां पास दुआ ते दवा दोनों हन, जो उन्हां दी तेरे ते कृपा हो गई तां तेरी बीमारी बिना ऑपरेशन दे ही ठीक हो जाएगी। तां ए चौधरी नूं कहिंदा है, तुसी मेरे नाल सतगुरां कोल चलो, मैं कैमलपुर कदे नहीं गया ते ना ही मैं पहला कदी सतगुरां दे दर्शन कीते हैं। चौधरी ने ब्रह्मदास तों आख्या, सतगुरां दे दर्शन करन लई मन तां मेरा भी बहुत करदा है, पर मैं किसे जरूरी काम कारण तेरे नाल नहीं जा सकदा। तैनूं पता लिख देंदा हां, मैं सवेरे तैनूं टांगे ते बिठा देंगा, टांगे वाला तैनूं जहांगीरा स्टेशन तो कैमलपुर लई टिकट भी लै देगा, जब स्टेशन ते गड्डी आएगी उससे बैठ जाना अते नाल दे किसे बंदे नूं आख देना। जदों कैमलपुर स्टेशन आ गया तां दस दई ब्रह्मदास नूं। दूजे दिन सवेरे चौधरी ने टांगे ते बिठा दिता, अगों गड्डी ते बैठ के कैमलपुर पहुंच गया अते पुछदा पुछदा साहिबां दे द्वारे ते पहुंचया।
ਤਾਂ ਸਾਹਿਬ ਜੀ ਬਾਹਰ ਹੀ ਖਲੋਤੇ ਸਨ, ਪਰ ਪਛਾਣ ਨਾ ਹੋਣ ਕਰਕੇ ਉਹਨਾਂ ਤੋਂ ਹੀ ਪੁੱਛਦਾ ਹੈ, ਸ੍ਰੀ ਸਤਿਗੁਰ ਭਗਵਾਨ ਦਾਸ ਜੀ ਇੱਥੇ ਹੀ ਰਹਿੰਦੇ ਹਨ? ਤਾਂ ਸਾਹਿਬਾਂ ਕਿਹਾ, ਹਾਂ ਉਹ ਇੱਥੇ ਹੀ ਰਹਿੰਦੇ ਹਨ, ਉਹ ਸਾਹਮਣੇ ਬੰਦੇ ਬੈਠੇ ਹਨ, ਤੂੰ ਵੀ ਉੱਥੇ ਜਾ ਕੇ ਬੈਠ ਜਾ, ਉਹ ਹੁਣੇ ਹੀ ਆਣੇ ਵਾਲੇ ਹਨ। ਇਹ ਸੰਗਤਾਂ ਵਿੱਚ ਜਾ ਕੇ ਬੈਠ ਗਿਆ। ਥੋੜੀ ਦੇਰ ਪਿੱਛੋਂ ਸਤਿਗੁਰ ਜੀ ਜਦ ਅੰਦਰ ਆ ਕੇ ਪਲੰਗ ਤੇ ਬਰਾਜੇ ਤੇ ਬੈਠੇ ਸਿੱਖਾਂ ਨੇ ਉੱਠ ਕਰ ਵਾਰੀ ਵਾਰੀ ਚਰਨਾਂ ਤੇ ਮੱਥਾ ਟੇਕਿਆ, ਤਾਂ ਇਹ ਨਾਲ ਖਲੋਤੇ ਇੱਕ ਸੇਵਕ ਨੂੰ ਪੁੱਛਦਾ ਹੈ, ਇਹ ਹੀ ਸਤਿਗੁਰ ਜੀ ਹਨ? ਹਾਂਜੀ ਇਹ ਸਾਡੇ ਸਤਿਗੁਰ ਜੀ ਹਨ, ਉਸੇ ਉੱਤਰ ਦਿੱਤਾ। ਤਾਂ ਸਭ ਤੋਂ ਪਿੱਛੋਂ ਇਸੇ ਜਾ ਕੇ ਮੱਥਾ ਟੇਕਿਆ ਤੇ ਖਿਮਾ ਮੰਗੀ, ਜੋ ਮੈਂ ਆਪ ਜੀ ਨੂੰ ਪਛਾਣ ਨਹੀਂ ਸੀ ਸਕਿਆ। ਤਾਂ ਸਤਿਗੁਰਾਂ ਪੁੱਛਿਆ, ਤੂੰ ਕਿੱਥੋਂ ਆਇਆ ਹੈ? ਤਾਂ ਬ੍ਰਹਮਦਾਸ ਨੇ ਬੇਨਤੀ ਕੀਤੀ, ਮੈਂ ਚਿੰਗਲੀ ਦਾ ਰਹਿਣ ਵਾਲਾ ਹਾਂ, ਮੇਰਾ ਨਾਮ ਬ੍ਰਹਮਦਾਸ ਹੈ, ਚੌਧਰੀ ਸੇਵਾ ਰਾਮ ਮਨੇਰੀ ਵਾਲਾ ਮੇਰਾ ਮਿੱਤਰ ਹੈ, ਉਸਨੇ ਹੀ ਮੈਨੂੰ ਇੱਥੇ ਆਪ ਜੀ ਪਾਸ ਭੇਜਿਆ ਹੈ। ਤਾਂ ਸਤਿਗੁਰਾਂ ਬੈਠਣ ਦਾ ਹੁਕਮ ਕੀਤਾ, ਜਦੋਂ ਹੁਕਮ ਪਾਏ ਕਰ ਬੈਠ ਗਿਆ। ਤਾਂ ਸਤਿਗੁਰਾਂ ਇਸ ਲਈ ਜਲ ਮੰਗਵਾਇਆ, ਜਦ ਇਸਨੇ ਜਲ ਛਕਿਆ ਤਾਂ ਇਸਦਾ ਮਨ ਸ਼ਾਂਤ ਹੋ ਗਿਆ ਤੇ ਪੀੜਾ ਵੀ ਘਟ ਗਈ। ਸਤਿਗੁਰੂ ਜੀ ਸੇਵਕਾਂ ਨਾਲ ਗੋਸ਼ਟ ਕਰਨ ਲੱਗ ਪਏ। ਤਾਂ ਇੱਕ ਸੇਵਕ ਨੇ ਇਹ ਸ਼ਬਦ ਪੜ੍ਹ ਕੇ ਆਪਣੇ ਮਨ ਦਾ ਭਾਵ ਦਰਸਾਇਆ, ਪੈਰੋ ਮਹਿਲਾ ਪੰਜਵਾਂ ਕਰਨ ਕਰਨ ਸਮਰੱਥ ਗੁਰ ਮੇਰਾ, ਜੀ ਪ੍ਰਾਣ ਸੁਖ ਦਾਤਾ ਨੇਰਾ, ਪੈ ਪੰਜਨ ਅਬਨਾਸੀ ਰਾਏ, ਦਰਸ਼ਨ ਦੇਖੀਏ ਸਭ ਦੁੱਖ ਜਾਏ, ਜਤ ਕਤ ਵੇਖੋ ਤੇਰੀ ਸਰਣਾ, ਬਲ ਬਲ ਜਾਈ ਸਤਿਗੁਰ ਚਰਣਾ ਰਾਓ, ਪੂਰਨ ਕਾਮ ਮਿਲੇ ਗੁਰਦੇਵ, ਸਭ ਪਲ ਦਾਤਾ ਨਿਰਮਲ ਸੇਵ, ਕਰ ਗੈਲੀ ਨੇ ਆਪਣੇ ਦਾਸ, ਰਾਮ ਨਾਮ ਰਿਦ ਕਿਉ ਨਿਵਾਸ, ਸਦਾ ਨੰਦ ਦਾਈ ਕਿਜ ਸੋਖ, ਦੁਖ ਦਰਦ ਨੈ ਵਿਆਪੈ ਰੋਗ, ਸਭ ਕਿਛ ਤੇਰਾ ਤੂੰ ਕਰਨ ਹੈ ਹਾਰ, ਪਾਰ ਬ੍ਰਹਮ ਗੁਰ ਅਗਮੇ ਅਪਾਰ, ਨਿਰਮਲ ਸੋਭਾ ਅਚਰਜ ਮਾਣੀ, ਪਾਰ ਬ੍ਰਹਮ ਪੂਰਨ ਮਨ ਪਾਣੀ, ਜਲ ਥਲ ਮਯ ਰਵਿਆ ਸੋਏ, ਨਾਨਕ ਸਭ ਕਿਛ ਪ੍ਰਭ ਤੇ ਹੋਏ। ਸ਼ਬਦ ਉਪਰੰਤ ਸੰਗਤ ਨੇ ਸਤਿਗੁਰੂ ਜੀ ਨੂੰ ਬੇਨਤੀ ਕੀਤੀ, ਸੱਚੇ ਪਾਤਸ਼ਾਹ ਜੀ ਆਪ ਜੀ ਸਾਨੂੰ ਇਸ ਸ਼ਬਦ ਦੇ ਭਾਵ ਅਰਥ ਸਮਝਾਓ। ਤਾਂ ਸਤਿਗੁਰਾਂ ਦੱਸਿਆ, ਜੋ ਇਸ ਸ਼ਬਦ ਵਿੱਚ ਪੰਜਵੇਂ ਪਾਤਸ਼ਾਹ ਨੇ ਸਤਿਗੁਰਾਂ ਦੀ ਉਪਮਾ ਇਸ ਤਰ੍ਹਾਂ ਕੀਤੀ ਹੈ। ਸੁਣੋ ਹੇ ਭਾਈ, ਮੇਰਾ ਗੁਰੂ ਪਰਮੇਸ਼ਵਰ ਸਾਰੀ ਸ੍ਰਿਸ਼ਟੀ ਦਾ ਮੂਲ ਹੈ। ਮੇਰਾ ਗੁਰੂ ਪਰਮੇਸ਼ਵਰ ਸਾਰੀ ਸ੍ਰਿਸ਼ਟੀ ਦਾ ਮੂਲ ਹੈ, ਸਭ ਤਾਕਤਾਂ ਦਾ ਮਾਲਕ ਹੈ, ਸਭ ਨੂੰ ਜਿੰਦ ਤੇ ਪ੍ਰਾਣ ਦੇਣ ਵਾਲਾ ਹੈ, ਸਾਰੇ ਸੁਖ ਦੇਣ ਵਾਲਾ ਹੈ, ਸਭਨਾ ਦੇ ਨੇੜੇ ਵਸਦਾ ਹੈ। ਹੇ ਭਾਈ, ਉਹ ਪਾਤਸ਼ਾਹ ਜੀਵਾਂ ਦੇ ਸਾਰੇ ਡਰ ਦੂਰ ਕਰਨ ਵਾਲਾ ਹੈ, ਉਹ ਆਪ ਨਾਸ ਰਹਿਤ ਹੈ, ਜੇ ਉਸਦਾ ਦਰਸ਼ਨ ਹੋ ਜਾਏ ਤਾਂ ਮਨੁੱਖ ਦਾ ਸਾਰਾ ਦੁੱਖ ਦੂਰ ਹੋ ਜਾਂਦਾ ਹੈ।
हे प्रभु मैं अपने गुरु दे चरणा तो सदा सदके जांदा हां जिससे मैनू तेरे चरणा नाल जोड़िया है हुण मैं हर थां तेरा ही आसरा तकदा हां हे भाई गुरदेव मिलिया सारियां कामना पूरियां हो जांदियां हन ओ प्रभु सारे फल देण वाला है उसकी सेवा भक्ति जीवन नू पवित्र कर देंदी है हे भाई प्रभु अपने दासां दा हाथ फड़ के उन्हां नू अपना बना लैंदा है अते उन्हां दे हिरदे विच अपना नाम टिका देंदा है हे गुरु पारब्रह्म हे अपहुंच हे बेअंत जो कुछ दिस रहा है ए सब कुछ तेरा पैदा कीता होया है तू ही सब कुछ पैदा करन दी समर्था वाला है जिसदे हिरदे विच तू अपना नाम टिकांदा है उसदे अंदर सदा आनंद वसिया रहंदा है उसनु कोई गम हो नहीं सकता कोई दुख कोई दर्द कोई रोग उस उते अपना जोर नहीं पा सकता ए भाई सर्वव्यापक परमात्मा दी विस्मात पैदा करन वाली सिपसला जिस मनुख दे मन विच मिठी लग पैंदी है उस दी बेदाग सोभा हर थां पसर जांदी है पंजवें पातशाह जी कथन करदे हन ओ प्रभु जल विच धरती विच आकाश विच सब थां मौजूद है जो कुछ जगत विच हो रहा है सब कुछ प्रभु दे हुकम नाल ही हो रहा है ब्रह्मदास सारी कथा बड़े ध्यान नाल सुन रहा सी जिस दा एक एक अक्षर उसकी समझ विच आ रहा सी थोड़ी देर बाद उस सतगुरां दे सन्मुख खड़े होकर बेनती कीती सच्चे पातशाह जी मेरे पेट विच दर्द रहंदा है मैं इलाज लई स्वाभी अस्पताल गया सां तां डॉक्टर ने कहा है कि ऑपरेशन करना पवेगा मैनू ऑपरेशन तो बहुत डर लगता है जिसदा जिक्र मैं अपने मित्र चौधरी सेवा राम अगे कीता तां उस मैनू आप जी दी शरण विच भेजिया है कृपा करके मेरा दुख दूर करो जी इतना कह के वो रोन लग पिया उसकी सारी विख्या सुनकर सतगुरां ने धीरज दिता ते आख्या घबरा नहीं ऑपरेशन करान दी कोई लोड़ नहीं जिस समय प्यास लगे पानी थोड़ा गर्म करके पी लिया कर ते गर्म पानी दी बोतल विच गर्म पानी बोतल विच भर के सेक कीता कर श्री सतगुर संता साहिब जी भली करनगे उस रात कैमलपुर ही रहा सवेरे फिर गुरुद्वारे गया उत्थे शब्द कीर्तन सरवण कीता ते सतगुरां दे मुखारविंद तो इस शब्द दी कथा भी सुनी बिलावल मल्ला पंजवा सगल मनोरथ पाये मीता चरण कमल स्यों लाये चीता ओम बलिहारी जो प्रभु ते आवर जलन बुझे हर हर गुण गावत राओ सफल जनमो अत वड पागी साध संग राम लिव लागी मत पत तन सुख सहज आनंदा
ਇੱਕ ਨਿਭਕ ਨ ਵਿਸਰੋ ਪਰਮਾਨੰਦਾ, ਹਰ ਦਰਸ਼ਨ ਕੀ ਮਨ ਪਿਆਸ ਕਨੇਰੀ, ਪਨਕ ਨਾਨਕ ਸਰਣ ਪ੍ਰਭ ਤੇਰੀ। ਸਤਿਗੁਰਾਂ ਦੱਸਿਆ ਇਸ ਸ਼ਬਦ ਵਿੱਚ ਪੰਜਮ ਪਾਤਸ਼ਾਹ ਜੀ ਸਤਿਗੁਰਾਂ ਦੱਸਿਆ ਇਸ ਸ਼ਬਦ ਵਿੱਚ ਪੰਜਵੇਂ ਪਾਤਸ਼ਾਹ ਫਰਮਾਉਂਦੇ ਹਨ। ਇਹ ਮਿੱਤਰ ਪਰਮਾਤਮਾ ਦੇ ਕੌਲਫੁੱਲ ਵਰਗੇ ਕੋਮਲ ਚਰਨਾਂ ਵਿੱਚ ਚਿੱਤ ਜੋੜਨਾ ਚਾਹੀਦਾ ਹੈ। ਇਸ ਤਰ੍ਹਾਂ ਮਨ ਦੀਆਂ ਸਾਰੀਆਂ ਮੁਰਾਦਾਂ ਹਾਸਲ ਕਰ ਲਈ ਦੀਆਂ ਹਨ। ਹੇ ਪ੍ਰਭੂ, ਹੇ ਭਾਈ, ਮੈਂ ਉਹਨਾਂ ਮਨੁੱਖਾਂ ਤੋਂ ਕੁਰਬਾਨ ਜਾਂਦਾ ਹਾਂ ਜਿਹੜੇ ਪ੍ਰਭੂ ਦਾ ਨਾਮ ਸਿਮਰਦੇ ਹਨ, ਪ੍ਰਭੂ ਦੇ ਗੁਣ ਗਾਉਂਦਿਆਂ ਗਾਉਂਦਿਆਂ ਸੜਨ ਬੁੱਝ ਜਾਂਦੀ ਹੈ। ਹੇ ਭਾਈ, ਗੁਰੂ ਦੀ ਸੰਗਤ ਵਿੱਚ ਟਿਕ ਕੇ ਜਿਨ੍ਹਾਂ ਮਨੁੱਖਾਂ ਦੀ ਸੁਰਤ ਪ੍ਰਭੂ ਵਿੱਚ ਜੁੜਦੀ ਹੈ, ਉਹਨਾਂ ਵਡਭਾਗੀਆਂ ਦੀ ਜ਼ਿੰਦਗੀ ਕਾਮਯਾਬ ਹੋ ਜਾਂਦੀ ਹੈ। ਹੇ ਭਾਈ, ਸਭ ਤੋਂ ਆਨੰਦ ਦੇ ਮਾਲਕ ਪਰਮਾਤਮਾ ਦਾ ਨਾਮ ਅੱਖ ਚਮਕਣ ਜਿੱਤੇ ਸਮੇਂ ਲਈ ਵੀ ਨਾ ਭੁਲਾਓ। ਨਾਮ ਦੀ ਬਰਕਤ ਨਾਲ ਮਤ ਉੱਚੀ ਹੁੰਦੀ ਹੈ, ਲੋਕ ਪਰਲੋਕ ਵਿੱਚ ਇੱਜ਼ਤ ਮਿਲਦੀ ਹੈ, ਆਤਮਿਕ ਅਡੋਲਤਾ ਦੇ ਸੁੱਖ ਆਨੰਦ ਦਾ ਧਨ ਪ੍ਰਾਪਤ ਹੁੰਦਾ ਹੈ। ਪੰਜਵੇਂ ਨਾਨਕ ਜੀ ਬੇਨਤੀ ਕਰਦੇ ਹਨ, ਹੇ ਪ੍ਰਭੂ, ਮੈਂ ਤੇਰੀ ਸ਼ਰਨ ਵਿੱਚ ਆਇਆ ਹਾਂ। ਹੇ ਹਰੀ, ਮੇਰੇ ਮਨ ਵਿੱਚ ਤੇਰਾ ਦਰਸ਼ਨ ਕਰਨ ਦੀ ਬੜੀ ਤਾਂਘ ਹੈ, ਮੇਰੀ ਤਾਂਘ ਪੂਰੀ ਕਰੋ ਜੀ। ਬ੍ਰਹਮਦਾਸ ਨੇ ਇਸ ਕਥਾ ਨੂੰ ਬੜੇ ਧਿਆਨ ਨਾਲ ਗੌਰ ਨਾਲ ਸੁਣਿਆ ਤੇ ਮਨ ਵਿੱਚ ਸੋਚਦਾ ਹੈ, ਮੈਂ ਤਾਂ ਸਤਿਗੁਰਾਂ ਤੋਂ ਨਾਮ ਹੀ ਨਹੀਂ ਲਿਆ ਤਾਂ ਸਿਮਰਨ ਕਿਵੇਂ ਕਰਾਂਗਾ। ਪਰ ਹਿੰਮਤ ਨਹੀਂ ਪਈ, ਜੋ ਸਤਿਗੁਰਾਂ ਨੂੰ ਨਾਮ ਲਈ ਬੇਨਤੀ ਕਰੇ ਅਤੇ ਸੋਚਿਆ ਜਦ ਚੌਧਰੀ ਨਾਲ ਆਵਾਂਗਾ ਉਸ ਸਮੇਂ ਹੀ ਨਾਮ ਲਈ ਬੇਨਤੀ ਕਰਾਂਗਾ। ਕਥਾ ਦਾ ਭੋਗ ਪਿਆ ਤੇ ਸੰਗਤ ਆਪਣੋ ਆਪਣੇ ਘਰਾਂ ਨੂੰ ਚਲੀ ਗਈ ਤਾਂ ਇਹ ਸਾਹਿਬਾਂ ਤੋਂ ਆਗਿਆ ਲੈ ਕੇ ਵਾਪਸ ਮਨੇਰੀ ਆਇਆ ਤੇ ਚੌਧਰੀ ਨੂੰ ਸਾਰਾ ਹਾਲ ਸੁਣਾ ਕੇ ਆਪਣੇ ਘਰ ਚਿੰਗਲੀ ਚਲਾ ਗਿਆ। ਘਰ ਪਹੁੰਚ ਕਰ ਗੁਰ ਉਪਦੇਸ਼ ਭਰੀ ਵਾਰਤਾ ਸਭ ਨੂੰ ਸੁਣਾਈ ਅਤੇ ਸਾਹਿਬਾਂ ਦੇ ਹੁਕਮ ਅਨੁਸਾਰ ਆਪਣਾ ਇਲਾਜ ਵੀ ਸ਼ੁਰੂ ਕਰ ਦਿੱਤਾ। ਕੁਝ ਦਿਨਾਂ ਬਾਅਦ ਹੀ ਉਹ ਮਹਿਸੂਸ ਕਰਨ ਲੱਗਾ ਕਿ ਉਸਦੇ ਪੇਟ ਦੀ ਤਕਲੀਫ ਤਾਂ ਦੂਰ ਹੋ ਗਈ ਹੈ। ਘਰ ਪਹੁੰਚ ਕਰ ਗੁਰੂ ਉਪਦੇਸ਼ ਪਰਿਵਾਰ ਦਾ ਸਭ ਨੂੰ ਸੁਣਾਈ ਅਤੇ ਸਾਹਿਬਾਂ ਦੇ ਹੁਕਮ ਅਨੁਸਾਰ ਆਪਣਾ ਇਲਾਜ ਵੀ ਸ਼ੁਰੂ ਕਰ ਦਿੱਤਾ। ਕੁਝ ਦਿਨਾਂ ਬਾਅਦ ਹੀ ਉਹ ਮਹਿਸੂਸ ਕਰਨ ਲੱਗਾ ਕਿ ਉਸਦੇ ਪੇਟ ਦੀ ਤਕਲੀਫ ਤਾਂ ਦੂਰ ਹੋ ਗਈ ਹੈ। ਇੱਕ ਗੁਰਸਿੱਖ ਦੀ ਮਿੱਤਰਤਾ ਕਰਕੇ ਜਿੱਥੇ ਬ੍ਰਹਮਦਾਸ ਦਾ ਸਰੀਰਕ ਰੁੱਖ ਦੂਰ ਹੋਇਆ, ਜਿੱਥੇ ਬ੍ਰਹਮਦਾਸ ਦਾ ਸਰੀਰਕ ਦੁੱਖ ਦੂਰ ਹੋਇਆ, ਉੱਥੇ ਸਾਹਿਬਾਂ ਦੇ ਦਰਸ਼ਨ ਕਰਕੇ ਅਤੇ ਬਖਸ਼ਿਸ਼ ਅਤੇ ਰਹਿਮਤ ਭਰੀ ਨਿਗਾਹ ਸਦਕਾ ਉਸਦੇ ਅੰਦਰ ਗੁਰੂ ਵਾਲਾ ਬਣਨ ਦੀ ਇੱਛਾ ਪ੍ਰਬਲ ਹੋ ਉੱਠੀ। ਇਸ ਇੱਛਾ ਦੀ ਪੂਰਤੀ ਲਈ ਉਹ ਪਰਿਵਾਰ ਸਮੇਤ ਅਗਲੀ ਪੂਰਨਮਾਸ਼ੀ ਤੇ ਚੌਧਰੀ ਨੂੰ ਨਾਲ ਲੈ ਕੇ ਕੈਮਲਪੁਰ ਗਿਆ ਅਤੇ ਨਾਮ ਦੀ ਬਖਸ਼ਿਸ਼ ਲੈ ਕੇ ਸਾਰਾ ਪਰਿਵਾਰ ਖੁਸ਼ੀ ਖੁਸ਼ੀ ਵਾਪਸ ਚਿੰਗਲੀ ਆਇਆ। ਇਹ ਸਭ ਬਰਕਤਾਂ
ਨਾਮ ਵਾਲਿਆਂ ਦੀ ਸੰਗਤ ਸਦਕਾ ਹੀ ਪ੍ਰਾਪਤ ਹੁੰਦੀਆਂ ਹਨ। ਇਹ ਗੁਰਸਿੱਖ ਦੀ ਮਿੱਤਰਤਾ ਕਰਕੇ ਜਿੱਥੇ ਬ੍ਰਹਮਦਾਸ ਦਾ ਸਰੀਰਕ ਰੂਪ ਦੂਰ ਹੋਇਆ, ਉੱਥੇ ਸਾਹਿਬਾਂ ਦੇ ਦਰਸ਼ਨ ਕਰਕੇ ਅਤੇ ਬਖਸ਼ਿਸ਼ ਅਤੇ ਰਹਿਮਤ ਭਰੀ ਨਿਗਾਹ ਸਦਕਾ ਅਗਲੀ ਪੂਰਨਮਾਸ਼ੀ ਤੇ ਚੌਧਰੀ ਨੂੰ ਨਾਲ ਲੈ ਕੇ ਕੈਮਲਪੁਰ ਗਿਆ ਅਤੇ ਨਾਮ ਦੀ ਬਖਸ਼ਿਸ਼ ਲੈ ਕੇ ਸਾਰਾ ਪਰਿਵਾਰ ਖੁਸ਼ੀ ਖੁਸ਼ੀ ਵਾਪਸ ਚਿੰਗਲੀ ਆਇਆ। ਇਹ ਸਭ ਬਰਕਤਾਂ ਨਾਮ ਵਾਲਿਆਂ ਦੀ ਸੰਗਤ ਸਦਕਾ ਹੀ ਪ੍ਰਾਪਤ ਹੁੰਦੀਆਂ। ਸਾਖੀ ਪੂਰੀ ਰਾਮ ਕਲੀ ਮਹਲਾ ਤੀਜਾ ਨੰਦ ਏਕੰਗਾ ਸਤਿਗੁਰ ਪ੍ਰਸਾਦ ਅਨੰਤ ਪਿਆ ਮੇ ਮਾਏ ਸਤਿਗੁਰੂ ਮੈਂ ਪਾਇਆ ਸਤਿਗੁਰ ਤਾਂ ਪਾਇਆ ਸੈ ਸਿੱਧੀ ਮਨ ਵਧੀਆ ਮਦਾਇਆ ਰਤਨ ਪਰਵਾਰ ਪਰਿਆ ਸਰਬਤ ਗਾਵਣ ਆਈ ਸਭ ਜੋਤ ਗਾਵੋ ਹਰੀ ਕੇ ਰਾਮ ਜਿਨੀ ਵਸਾਇਆ ਕਹੇ ਨਾਨਕ ਨੰਦ ਸਤਿਗੁਰੂ ਮੈਂ ਪਾਇਆ ਏ ਮਨ ਮੇਰਿਆ ਤੂੰ ਸਦਾ ਹੋਰ ਨਾਲ ਹਰ ਨਾਲ ਤੂੰ ਮਨ ਮੇਰੇ ਜੋ ਸਭ ਵਿਸਾਰਨਾ ਅੰਗੀਕਾਰੋ ਕਰੇ ਤੇਰਾ ਕਾਰੇ ਸਭ ਸਵਾਰ ਸਭਨਾ ਗਲਾ ਸਮਰਥ ਸੁਆਮੀ ਸੋ ਕਿਉਂ ਮਨੋ ਵਿਸਾਰੇ ਕਹੇ ਨਾਨਕ ਮਨ ਮੇਰੇ ਸਦਾ ਹੋਰ ਨਾਲ ਸਾਚੇ ਸਾਹਿਬਾਂ ਕਿਆ ਨਹੀਂ ਕਰਦੇ ਤੇਰਾ ਸਭ ਕਿਛ ਹੈ ਜਿਸਦੇ ਸੋ ਪਾਵੇ ਸਦਾ ਸਿੱਖ ਸਲਾਹ ਤੇਰੀ ਨਾਮ ਮਨ ਮਸਾਵੇ ਨਾਮ ਜਿਨਕੇ ਮਨ ਵਸਿਆ ਵਾਲੇ ਸਭ ਧਨੇਰੇ ਕਰੇ ਨਾਨਕ ਸੱਚੇ ਸਾਹਿਬ ਕਿਆ ਨਹੀਂ ਕਰਦੇ ਰੇ ਸਾਚਾ ਨਾਮ ਮੇਰਾ ਆਧਾਰੋ ਸਾਚ ਨਾਮ ਆਧਾਰ ਮੇਰਾ ਜਿਨ ਭੁੱਖਾ ਸਭ ਗਵਾਈਆਂ ਕਰਸਾਨ ਸੁਪਨੇ ਸਦਾ ਕੁਰਬਾਨ ਕੀਤਾ ਗੁਰ ਵਿਟੋ ਜਿਸ ਦੀਆਂ ਇਹ ਵਡਿਆਈਆਂ ਕਹੇ ਨਾਨਕ ਸੁਣੋ ਸੰਤੋ ਸਬਦ ਰੂਪੇ ਆਰੋ ਸੱਚਾ ਨਾਮ ਮੇਰਾ ਆਧਾਰੋ ਵਾਜੇ ਪੰਜ ਸਬਦ ਜਿਤ ਕਰ ਤਬਾਗੇ ਕਰ ਸਬਾਗੇ ਸਬਦ ਵਾਜੇ ਕਲਾ ਜਿਤ ਕਰਤਾਰੀਆ ਪੰਜ ਤੁਰਦ ਵਾਸ ਕੀਤੇ ਕਾਲ ਕੰਟਕ ਮਾਰਿਆ ਤੁਰ ਕਰਮ ਪਾਇਆ ਤੁਝੇ ਕੋਸੇ ਨਾਮ ਅਰਕੇ ਲਾਗੇ ਕਹੇ ਨਾਨਕ ਤੈ ਸੁਭੋਆ ਕਿਸ ਕਰ ਅਨੰਦ ਵਾਜੇ ਅਨੰਦ ਸੁਣੋ ਵਡ ਬਾਗਿਓ ਸਗਲ ਮਨੋਰਥ ਪੂਰੇ ਪਾਰ ਬ੍ਰਹਮ ਪਾਇਆ ਉਤਰੇ ਸਗਲ ਸੂਰੇ ਦੁਖ ਲੋਕ ਸੰਤਾਪ ਉਤਰੇ ਸੋਹਣੀ ਸੱਚੀ ਬਾਣੀ ਸੰਤ ਸਾਜਨ ਪਏ ਸੱਚੇ ਪੂਰੇ ਗੁਰ ਤੇ ਜਾਣੀ ਸੁਣਦੇ ਕਹਤੇ ਪਵੀ ਸਤਿਗੁਰ ਰਿਆ ਪਰ ਪੂਰੇ ਬਿਨਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨੰਦ ਹੁੰਦੇ ਸਲੋਕ ਭਾਵ ਗੁਰੂ ਬਾਣੀ ਪਿਤਾ ਮਾਤਾ ਤਰਕ ਮਾਤ ਦਿਸ ਰਾਤ ਦਾਈ ਦਾਇਆ ਕੇਲਾ ਸਬਦ ਗਾਤ ਚੰਗਿਆਈਆਂ ਬੁਰਿਆਈਆਂ ਵਾਜੇ ਧਰਮ ਦੂਰ ਕਰਮੀ ਆਪੋ ਆਪ